हाँ जी तो वेलकम बैक टीच वीजा पंजाबी चैनल ते उम्मीद करांगा कि तुसी ठीक होवोगे। फर्स्ट ऑफ ऑल ते काफ़ी ज़्यादा वीरे सवाल पूछन डे सन कि वीडियो इस चैनल टीच वीजा पंजाबी ते अपलोड क्यों नहीं हो रही। उहदा रीज़न ये वे मैं कमेंट दे विच भी काफ़ी ज़्यादा वीरां नूं रिप्लाई दिता वे ते उहदा रीज़न ये सी कि मैं ट्रैवल कर रहा सां यूरोप दे विच जिहदी वजह तों जिहड़ा वे रिप्लाई नहीं हो सकिया ते हुण कोशिश ये करांगे कि हर एक कमेंट दा रिप्लाई भी दिता जावे क्योंकि साडा जिहड़ा टूर ही कंप्लीट हो गया वे ते हुण दुबारा जो भी अपडेट आएगी वो तुहानूं इस चैनल टीच वीजा पंजाबी ते अपलोड कर दे रहांगे। तुहाडा कोई भी सवाल है तुसीं थल्ले कमेंट बॉक्स दे विच पुछो ते उस तों अलावा जे तुसीं चैनल टीच वीजा पंजाबी नूं हजे तक सबसक्राइब नहीं कीता ते जल्दी नाल सबसक्राइब कर लो ਤਾਂ ਕਿ ਜਲਦੀ ਤੋਂ ਜਲਦੀ ਸਾਡੇ ਜਿਹੜੇ 50,000 ਸਬਸਕ੍ਰਾਈਬਰ ਨੇ 50,000 ਫੈਮਿਲੀ ਮੈਂਬਰ ਨੇ ਉਹ ਜਲਦੀ ਤੋਂ ਜਲਦੀ ਹੋਈ ਜਾਣ ਅਤੇ ਇਸੇ ਲਈ ਸਬਸਕ੍ਰਾਈਬ ਲਾਜ਼ਮੀ ਕਰੋ ਅਤੇ ਕੋਈ ਵੀ ਸਵਾਲ ਹੈ ਤੁਹਾਡਾ ਉਹ ਵੀ ਥੱਲੇ ਕਮੈਂਟ ਬੋਕਸ ਦੇ ਵਿੱਚ ਪੁੱਛ ਲਵੋ। ਗੁੱਡ ਨਿਊਜ਼ ਇਹ ਵੇ ਕਿ 8 ਨੋਲਾਉਸ ਦਾ ਜਿਹੜੇ ਨੇ ਨਿਊ ਨੋਲਾਉਸ ਦਾ ਜਿਹੜੇ 2023 ਦੇ ਪੇਪਰ ਨੇ ਉਹਨਾਂ ਦੇ ਨਿਊ ਨੋਲਾਉਸ ਦਾ ਜਿਹੜੇ ਨੇ ਉਹਨਾਂ ਦੇ ਦੁਮਾਂਦੇ ਫਸਟ ਪੇਪਰ ਜਿਹੜਾ ਕਿਹਾ ਜਾਂਦਾ ਜਿਹਨੂੰ ਉਹ ਆ ਚੁੱਕੇ ਨੇ। ਬਹੁਤ ਸਾਰੇ ਵੀਰ ਹੈਗੇ ਪਾਕਿਸਤਾਨ ਇੰਡੀਆ ਦੇ ਵਿੱਚ ਇਸ ਗੱਲ 'ਤੇ ਜਿਹੜਾ ਨਾ ਉਹ ਆਪਸ 'ਚ ਲੜਨ ਡਏ ਨੇ ਕਿ ਪੇਪਰ ਅਜੇ ਓਪਨ ਨਹੀਂ ਹੋਏ ਹੈ, ਪੇਪਰ ਅਗਲੇ ਮਹੀਨੇ ਓਪਨ ਹੋਣੇ ਨੇ ਅਤੇ ਇਹ ਜਿਹਨੇ ਵੀ ਦੁਮਾਂਦਾ ਵਗੈਰਾ ਨੇ ਤੁਸੀਂ ਚੈੱਕ ਕਰ ਲਵੋ। 2023 ਦੇ ਜਿਹੜੇ ਦੁਮਾਂਦੇ ਨੇ ਉਹ ਆਲਮੋਸਟ ਪਾਕਿਸਤਾਨੀ ਸਿਟੀਜ਼ਨ, ਇੰਡੀਅਨ ਸਿਟੀਜ਼ਨ, ਬੰਗਲਾਦੇਸ਼ ਦੇ ਸਿਟੀਜ਼ਨ ਦੇ ਆਲਮੋਸਟ ਆ ਚੁੱਕੇ ਨੇ ਅਤੇ ਜਿੰਨੇ ਵੀ ਦੁਮਾਂਦੇ ਨੇ ਲਾਸਟ ਮੰਥ ਜਿਹੜੇ ਅਪਲੋਡ ਕੀਤੇ ਨੇ ਅਤੇ ਜਿਹੜੇ ਇਸ ਮੰਥ ਅਪਲੋਡ ਕਰਾਂਗੇ ਉਹ ਤੁਹਾਨੂੰ ਸਾਰੇ ਦੇ ਸਾਰੇ ਜਿਹੜੇ ਦੁਮਾਂਦੇ ਨੇ ਉਹ ਫੇਸਬੁੱਕ ਪੇਜ ਜਿਹੜਾ ਵੇ ਟੀਚ ਵੀਜ਼ਾ ਦੇ ਨਾਂ ਤੋਂ ਉਹਦੇ 'ਤੇ ਵੀ ਲੱਭ ਜਾਣਗੇ ਅਤੇ ਜਿਹੜਾ ਸਾਡਾ ਮੈਸੇਂਜਰ ਦਾ ਗਰੁੱਪ ਹੈ ਉਹਦੇ ਵਿੱਚ ਵੀ ਤੁਹਾਨੂੰ ਸਾਰੇ ਦੇ ਸਾਰੇ ਦੁਮਾਂਦੇ ਜਿਹੜੇ ਨੇ ਨਿਊ ਨੋਲਾਉਸ ਦੇ ਫਸਟ ਕਾਪੀਆਂ ਜਿਹੜੀਆਂ ਨੇ ਉਹ ਵੀ ਤੁਹਾਨੂੰ ਲੱਭ ਜਾਣਗੀਆਂ ਅਤੇ ਜਾ ਕੇ ਫੋਲੋ ਕਰੋ ਅਤੇ ਥੱਲੇ ਕਮੈਂਟ ਬੋਕਸ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਸੀਂ ਆਪਣਾ ਜਿਹੜਾ ਨੋਲਾਉਸ ਦਾ ਅਪਲਾਈ ਕੀਤਾ ਉਹ ਕਿਸ ਕੈਟਾਗਰੀ ਦਾ ਅਪਲਾਈ ਕੀਤਾ ਵੇ, ਕਿਸ ਸਿਟੀ ਤੋਂ ਅਪਲਾਈ ਕੀਤਾ ਵੇ ਅਤੇ ਜਿਹੜਾ ਤੁਸੀਂ ਅਪਲਾਈ ਕੀਤਾ ਨੋਲਾਉਸ ਦਾ ਉਹ ਕਿਸ ਮੰਥ ਦੇ ਵਿੱਚ ਅਪਲਾਈ ਕੀਤਾ। ਇਹ 3-4 ਚੀਜ਼ਾਂ ਜਿਹੜੀਆਂ ਨੇ ਥੱਲੇ ਕਮੈਂਟ ਬੋਕਸ ਦੇ ਵਿੱਚ ਜ਼ਰੂਰ ਦੱਸਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਵੋ ਅਤੇ ਹੁਣ ਕੋਸ਼ਿਸ਼ ਕਰਾਂਗਾ ਕਿ ਮੈਂ ਡੇਲੀ ਬੇਸਿਸ 'ਤੇ ਜਿਹੜੀਆਂ ਵੀ ਅਪਡੇਟ ਇਟਲੀ ਤੋਂ ਆਉਂਦੀਆਂ ਨੇ ਮੇਰੇ ਤੱਕ ਉਹ ਟਾਈਮ ਟੂ ਟਾਈਮ ਤੁਹਾਡੇ ਤੱਕ ਮੈਂ ਵੀਡੀਓ ਰਾਹੀਂ ਪਹੁੰਚਾਉਂਦੇ ਰਹਾਂ ਅਤੇ ਤੁਹਾਡਾ ਇੱਕੋ ਹੀ ਕੰਮ ਹੈ ਵੀਰੋ ਕਿ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਕੋਈ ਵੀ ਵੀਡੀਓ ਜਿਹੜੀ ਮੈਂ ਇਸ ਚੈਨਲ 'ਤੇ ਅਪਲੋਡ ਕਰਾਂ ਉਹ ਤੁਸੀਂ ਮਿਸ ਨਾ ਕਰ ਸਕੋ ਅਤੇ ਸਬਸਕ੍ਰਾਈਬ ਲਾਜ਼ਮੀ ਕਰੋ।